ਇੱਕ ਦਸਤਾਰ ਵਾਲਾ ਮੁੰਡਾ, ਦਾੜ੍ਹੀ ਲੱਗੀ ਹੋਈ ਹੈ ਨਾ, ਉਤਰਿਆ ਨਾਲ ਉਹਦੇ ਕੁੜੀ ਬੈਠੀ ਅੱਛਾ ਬਰਾਬਰ, ਆਈ ਨਹੀਂ ਹੈਗਾ ਮੂਲ ਕੋਏ ਹੋਏ ਨੇ ਨਾ, ਹਾਂ ਅਤੇ ਬਾਈ ਉਹਨੇ ਪਿੱਛੇ ਉਹਦੇ ਗੰਨ ਲਾ ਲਈ, ਠੀਕ ਹੈ, ਉਤਰ ਕੇ ਅਤੇ ਕਹਿੰਦਾ ਫੋਨ ਦੇ ਵੀ ਜੋ ਹੱਥ 'ਚ ਉਹਦੇ ਦੇ, ਵੀਰ ਪਿੱਛੇ ਜੇ ਨਾ ਮੈਨੂੰ ਇੱਕ ਆਪਣੀ ਭੈਣ ਦਾ ਮੈਸੇਜ ਆਇਆ, ਉਹ ਕਹਿੰਦੀ ਵੀ ਵੀਰੇ ਹੁਣ ਚਲੋ ਆਪਾਂ ਆਪਣਾ ਪੋਡਕਾਸਟ ਪਾਉਣੇ ਹੈ ਨਾ, ਉਹ 'ਤੇ ਵੀ ਆਪਣਾ ਇੰਸਟਾ 'ਤੇ ਵੀ, ਸਾਡਾ ਇੰਸਟਾ 'ਤੇ ਚੈਨਲ ਹੈ ਥਿੰਕ ਵਰਸ ਪੰਜਾਬੀ ਦੇ ਨਾਂ 'ਤੇ, ਅਤੇ ਤੁਸੀਂ ਉੱਥੇ ਜਾ ਕੇ ਵੀ ਲਾਈਕ ਅਤੇ ਫੋਲੋ ਕਰ ਸਕਦੇ ਹੁੰਦੇ ਹੋ, ਅਤੇ ਹੁਣ ਚਲੋ ਆਪਾਂ ਟੋਪਿਕ 'ਤੇ ਵਾਪਸ ਆਉਣਾ, ਅਤੇ ਨਾ ਕਹਿੰਦੀ ਮੈਂ ਨਾ ਮਤਲਬ ਆਪਦੇ ਕੰਮ ਵਾਸਤੇ ਉਹ 'ਤੇ ਮਤਲਬ ਕੰਮ ਨਹੀਂ ਲੱਭ ਰਿਹਾ ਸੀ, ਨਵੀਂ ਆਈ ਸੀ ਹੈ ਨਾ, ਉਹਨੇ ਐਡ ਪਾ ਤੀ ਉਹ 'ਤੇ ਇੱਕ ਚੀਜ਼ੀ 'ਤੇ, ਅਤੇ ਮਾਰਕੀਟ ਪਲੇਸ 'ਤੇ, ਫੇਸਬੁੱਕ ਮਾਰਕੀਟ ਪਲੇਸ 'ਤੇ ਆਪਾਂ ਚਲੋ ਐਡ ਤਾਂ ਪਾਉਣੇ ਉੱਥੇ ਚੀਜ਼ਾਂ ਵੇਚਣ ਵਾਸਤੇ ਜਾਂ ਚੀਜ਼ਾਂ ਖਰੀਦਣ ਵਾਸਤੇ, ਉਹਨੇ ਐਡ ਪਾ ਤੀ ਵੀ ਮੈਨੂੰ ਕੰਮ ਚਾਹੀਦਾ ਹੈਗਾ ਅਤੇ ਮੈਂ ਸਟੂਡੈਂਟ ਹਾਂ, ਅੱਗੇ ਮੈਂ ਫੀਸ ਭਰਨੀ ਹੈ ਨਾ, ਅਤੇ ਚੱਲ ਇੱਕ ਉਹ ਮੈਂ ਉਹਦੀ ਗਲਤੀ ਮੰਨਦਾ, ਉਹਨੇ ਮਜਬੂਰੀ ਸ਼ੋਅ ਕਰਤੀ ਆਪਦੀ, ਅਤੇ ਉਹ ਕਹਿੰਦੀ ਨਾ ਮੈਨੂੰ ਇੱਕ ਲੇਡੀ ਦਾ ਰਿਪਲਾਈ ਆਇਆ ਆਪਣੀ ਪੰਜਾਬਣ ਦਾ ਵੀ ਕੰਮ ਹੈਗਾ ਹੈਗਾ, ਵੀ ਤੁਸੀਂ ਮਤਲਬ ਕੰਮ ਵੀ 2-4 ਘੰਟੇ ਹੀ ਹੈ ਅਤੇ ਮਤਲਬ ਤੁਹਾਨੂੰ ਵਧੀਆ ਪੇ ਰੇਟ ਮਿਲੂਗਾ, ਅਤੇ ਮੈਂ ਕਿਹਾ ਵੀ ਚੱਲ ਜੇ ਵਧੀਆ ਪੇ ਰੇਟ ਮਿਲੂਗਾ ਹੈ ਨਾ, ਕੰਮ ਵੀ 2-4 ਘੰਟੇ, ਕਹਿੰਦੀ ਕੰਮ ਸਹੀ ਹੈ ਫਿਰ ਤਾਂ ਠੀਕ ਹੈ ਨਾ, ਕੋਈ ਇਸ਼ੂ ਨੀਗਾ, ਅਤੇ ਬਾਅਦ 'ਚੋਂ ਕਹਿੰਦੀ ਵੀ ਆਹ ਨੰਬਰ ਹੈਗਾ ਅਤੇ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਨਾ, ਜਦੋਂ ਉਹਨੇ ਨੰਬਰ ਦਿੱਤਾ ਅਤੇ ਉਹਨੇ ਕਾਲ ਕੀਤੀ, ਅਤੇ ਬਾਈ ਉਹ ਤਾਂ ਉਹਨੂੰ ਭਰਮਾਉਣ ਲੱਗ ਗਈ ਵੀ ਤੂੰ ਦਿਹਾੜੀ 'ਚ $1,000 ਬਣਾ ਲਏਗੀ, ਤੂੰ $1,500 ਬਣਾ ਲਏਗੀ ਹੈ ਨਾ, ਕੁੜੀਆਂ ਨੇ ਇੰਨੇ ਇੰਨੇ ਪੈਸੇ ਬਣਾਈ ਜਾਂਦੇ ਨੇ, ਤੇਰੀ 10 ਦਿਨਾਂ 'ਚ ਫੀਸ ਨਿਕਲ ਜੂਗੀ, ਉਹ ਚੀਜ਼ ਹੋ ਜੂਗਾ ਹੈ ਨਾ, ਮਤਲਬ ਉਹਨੂੰ ਮਤਲਬ ਪਹਿਲਾਂ ਤੁਹਾਨੂੰ ਉਹ ਬਣਾਇਆ ਹੈ ਨਾ, ਮਤਲਬ ਉਹ ਸੋਚਦੀ ਵੀ ਯਾਰ ਇਹੋ ਜਿਹਾ ਕਿਹੜਾ ਕੰਮ ਆ ਵੀ ਜਿਹਦੇ ਨਾਲ ਇੰਨੀ ਛੇਤੀ ਸਾਰਾ ਕੁਛ ਵੀ ਫੀਸ ਨਿਕਲਦੀ ਹੈ ਅਤੇ ਪੈਸੇ ਵੀ ਇੰਨੇ ਜ਼ਿਆਦਾ ਬਣਨਗੇ ਹੈ ਨਾ, ਅਤੇ ਬਈ ਕੀ ਹੋਇਆ, ਚੱਲ ਉਹਨੇ ਪੁੱਛਿਆ ਵੀ ਗੱਲ ਕੀ ਆ ਵੀ ਕੰਮ ਕੀ ਆ, ਕੰਮ ਕੀ ਹੋ ਸਕਦਾ ਹੈਗਾ, ਅਤੇ ਉਹ ਕਹਿੰਦੀ ਵੀ ਦੇਹ ਵਪਾਰ ਦਾ ਧੰਦਾ, ਤੁਸੀਂ ਕੁਛ ਨਹੀਂ ਕਰਨਾ, ਕਸਟਮਰ ਸੈਟਿਸਫੈਕਸ਼ਨ ਦੇਣੀ, ਉਹ ਕਹਿੰਦੀ ਮੈਂ ਉਹਦੀ ਨਾਲੇ ਕਹਿੰਦੀ ਕੱਢੀਆਂ ਗਾਲਾਂ ਉਹਨੂੰ, ਨਾਲੇ ਕਹਿੰਦੀ ਕੀਤਾ ਬਲੌਕ, ਕਹਿੰਦੀ ਵੀਰੇ ਆਹ ਕੁਛ ਉਹਦੇ ਚੱਲ ਰਿਹਾ ਹੁਣ ਦੇਖ ਤਰਨੋ ਰਣਵੀਰ, ਉਹ ਤਾਂ ਚੱਲ ਇੱਕ ਕੁੜੀ ਦੀ ਸਟੋਰੀ ਆ, ਉਹਨੇ ਉਹਨੂੰ ਨਹੀਂ ਸਹੀ ਲੱਗੀ ਇਹ ਗੱਲ ਹੈ ਨਾ, ਤਾਂ ਉਹਨੇ ਦੱਸਤੀ ਵੀ ਇਹ ਗੱਲ ਮੂਹਰੇ ਆਉਣੀ ਚਾਹੀਦੀ ਹੈ ਵੀ ਜਿਹੜੀਆਂ ਨਵੀਆਂ ਕੁੜੀਆਂ ਆ ਰਹੀਆਂ ਨੇ 18-18, 19-19, 20-20 ਸਾਲ ਦੀਆਂ ਨੇ ਹੈ ਨਾ, ਕਈ ਵਾਰ ਨਹੀਂ ਪਤਾ ਹੁੰਦਾ ਯਾਰ ਕੋਈ ਪਿੱਛੋਂ ਖਬਰ ਕਿੱਡੀ ਕੁ ਦਿੱਕਤ ਸ਼ੋ ਹੋ ਜਾਵੇ ਵੀ ਹਾਂ ਸਾਡੇ ਲੋਕ ਪੈਸੇ ਹੈ ਨਹੀਂ, ਕੋਈ ਜ਼ਮੀਨ ਵੇਚ ਕੇ ਭੇਜੀ ਹੁੰਦੀ, ਕੋਈ ਕਿਵੇਂ ਭੇਜੀ ਹੁੰਦੀ ਹੈ ਨਾ, ਖਬਰ ਕਿਹੜੀ ਮਜਬੂਰੀ ਹੋਵੇ, ਕੰਮ ਜਮੀ ਨਹੀਂ ਮਿਲ ਰਿਹਾ, ਹੁਣ ਤੂੰ ਐਂ ਲਾ ਲਾ ਵੀ ਕਿੰਨੀ ਹੀ ਕੁੜੀਆਂ ਇਹ ਧੰਦੇ ਦੇ ਵਿੱਚ ਬਿਲਕੁਲ ਜਾ ਵੜੀਆਂ, ਇਹ ਆਪਣੀ ਤਰਾਸਦੀ ਹੈ, ਬਹੁਤ ਵੱਡੀ ਤਰਾਸਦੀ ਹੈ ਵੀ ਆਪਣੀਆਂ ਨਿੱਕੀ ਨਿੱਕੀ ਕੁੜੀਆਂ ਕਿਹੜੇ ਕੰਮਾਂ 'ਚ ਆਪਾਂ ਧੱਕ ਰਹੇ ਹਾਂ, ਕਿਤੇ ਨਾ ਕਿਤੇ ਹੁਣ ਤੂੰ ਆਪਾਂ ਕਹਿ ਸਕਦੇ ਹਾਂ ਵੀ ਹਾਂ ਉਹਦੇ ਕੋਲ ਹੱਥ ਆਏ, ਸਰਕਾਰ ਦੀ ਸਭ ਤੋਂ ਵੱਡੀ ਗਲਤੀ ਇਹ ਮੰਨਦਾ ਤੁਸੀਂ ਬੁਲਾਉਣੀ ਹੀ ਕਿਉਂ ਜੇ ਤੁਸੀਂ ਉਰੇ ਸਟੂਡੈਂਟਾਂ ਨੂੰ ਕੰਮ ਨਹੀਂ ਦੇ ਸਕਦੇ, ਹੁਣ ਪਿੱਛੇ ਜੇ ਇੱਕ ਏਜੰਸੀ ਦੀ ਵੀ ਗੱਲ ਆਈ ਹੈ ਨਾ, ਮੇਰੇ ਨਾਲ ਦਾ ਬੰਦਾ ਨਾ ਉਹਦੇ ਨਾਲ ਦੀ ਉਹਦੀ ਘਰ ਵਾਲੀ ਹੈ ਨਾ ਏਜੰਸੀ 'ਚ ਲੱਗੀ ਹੋਈ ਹੈ, ਉਹ ਕਹਿੰਦੀ ਸਾਨੂੰ ਮੇਲਾਂ ਆਈਆਂ ਨੇ ਸਰਕਾਰ ਵੱਲੋਂ ਵੀ ਕਿਸੇ ਸਟੂਡੈਂਟ ਨੂੰ ਪਾਰਟ ਟਾਈਮ ਕੰਮ ਨਹੀਂ ਦੇਣਾ, ਹਾਂ ਮੇਲਾਂ ਆਈਆਂ ਨੇ ਏਜੰਸੀਆਂ ਨੂੰ ਮੇਲ ਆ ਰਹੀਆਂ ਨੇ, ਆਪਾਂ ਜਾ ਖੜਦੇ ਹਾਂ ਏਜੰਸੀਆਂ ਦਾ ਨਾ, ਕਿੱਡੀ ਕਿੱਡੀ ਲਾਈਨ ਹੁੰਦੀ ਹੈ ਸਟੂਡੈਂਟਾਂ ਦੀ ਵੀ ਸਾਨੂੰ ਕੰਮ ਦੇ ਦਿਉ ਜੀ, ਉਹ ਕਹਿੰਦੇ ਨੇ ਹਾਂਜੀ ਤੁਸੀਂ ਨਾਂ ਪਤਾ ਲਿਖਾ ਦਿਉ ਅਤੇ ਜੇ ਕੰਮ ਹੋਇਆ ਤੁਹਾਨੂੰ ਦੱਸਾਂਗੇ, ਉਹ ਐਂ ਥੋੜ੍ਹੀ ਦੱਸਦੇ ਨੇ ਵੀ ਸਾਨੂੰ ਅਸੀਂ ਕੰਮ ਨਹੀਂ ਦਿੰਦੇ ਗੇ, ਉਹ ਨਾਂ ਪਤਾ ਲਿਖਾ ਲੈਂਦੇ ਨੇ ਪਰ ਫੋਨ ਕੋਈ ਕਰਦਾ ਨਹੀਂ ਹੈ ਨਾ ਵੀ ਹਾਂ ਵੀ ਕੰਮ ਹੈਗਾ ਜਾਂ ਨਹੀਂ ਹੈਗਾ, ਉਹਨਾਂ ਨੂੰ ਮੇਲ ਆਈਆਂ ਨੇ ਸਿੱਧਾ ਸਟੂਡੈਂਟਾਂ ਨੂੰ ਕੰਮ ਦੇਣੀ ਹੈ ਨਹੀਂ, ਜਾਂ ਤਾਂ ਸਾਡੀ ਸਿਟੀ ਇਹਨਾਂ ਨੂੰ ਕੰਮ ਦਿਓ ਜਾਂ ਵਰਕ ਪਰਮਿਟ ਵਾਲਿਆਂ ਨੂੰ ਕੰਮ ਦਿਓ ਜਾਂ ਪੀ ਆਰ ਵਾਲਿਆਂ ਨੂੰ ਕੰਮ ਦਿਓ, ਸਟੂਡੈਂਟਾਂ ਨੂੰ ਕੰਮ ਨਹੀਂ ਦੇਣਾ ਵੀ ਪਾਰਟ ਟਾਈਮ ਕਿਸੇ ਨੂੰ ਨਹੀਂ ਰੱਖਣਾ ਹੈਗਾ,
ਤਾਂ ਹੀ ਤਾਂ ਸਿੱਧਾ ਹੀ ਫੋਨ ਸਿੱਧਾ ਕੱਟ ਫੋਨ ਦਿੰਦੇ ਕੱਟ ਨੇ ਉਹ, ਦੇਣਗੇ। ਵੀ ਹਾਂ ਸਿਰਫ ਕੈਸ਼ ਤੇ ਇਹ ਕੰਮ ਅੰਦਰਲੀ ਗੱਲ, ਦਿੰਦੇ ਨੇ ਉਹ, ਇਹ ਸਾਹਮਣੇ ਵੀ ਹੋਣੀ ਚਾਹੀਦੀ ਜੀ। ਹੁਣ ਤੂੰ ਲਾ ਲਾ ਸਭ ਆਹ ਚੀਜ਼ਾਂ ਹੋ ਰਹੀਆਂ ਨੇ, ਉੱਤੋਂ ਨਾ ਇਹ ਜਿਹੇ ਸਪੋਲੀਏ ਬੈਠੇ ਨੇ, ਜਿਵੇਂ ਉਹ ਲੇਡੀ ਦੀ ਗੱਲ ਕੀਤੀ ਵੀ ਆਨਲਾਈਨ, ਉਹ ਸਿੱਧੀ ਪੁੱਛਣ ਲੱਗ ਗਈ ਵੀ ਹਾਂ ਤੁਸੀਂ ਆਹ ਕੰਮ ਕਰੋਗੇ। ਯਾਰ ਮੈਂ ਹੈਰਾਨ ਹਾਂ ਯਾਰ, ਕਿਹੜੀ ਚੀਜ਼ਾਂ 'ਚ ਪੈ ਗਏ ਹੈ ਨਾ। ਅਸੀਂ ਵਿਚੂੜੇ ਅੰਕਲ ਨੇਗੇ ਰਣਵੀਰ, ਜਿਹੜੇ ਸਿਆਣੇ ਬੈਣੀ ਉਮਰਾਂ ਦੇ ਨੇ, ਹੈ ਨਾ, ਆਹੋ ਹੋ ਪੁਰਾਣੇ ਆਏ ਹੋਏ ਨੇ, ਹੈ ਨਾ, ਘਰ ਕੁੜੀਆਂ ਨੂੰ ਕਿਰਾਏ 'ਤੇ ਦੇ ਦਿੰਦੇ ਨੇ, ਅਤੇ ਬਾਅਦ 'ਚ ਉਹਨਾਂ ਨੂੰ ਆਫਰ ਦਿੰਦੇ ਨੇ ਵੀ ਆਪਣੇ ਪੰਜਾਬੀ ਅੰਕਲ ਯਾਰ ਪੱਗਾਂ ਵਾਲੇ ਸਿਆਣੇ ਬਿਆਣੇ 50-55-60 ਸਾਲ ਦੀ ਉਮਰ ਵਾਲੇ, ਹੈ ਨਾ, ਜਦੋਂ ਉਹ ਇਹੀ ਜਿਹੀਆਂ ਗੱਲਾਂ ਕਰਦੇ ਨੇ ਵੀ ਬਿਲਕੁਲ ਤੁਸੀਂ ਸਾਨੂੰ ਭਰਮਾਓ, ਅਸੀਂ ਤੁਹਾਨੂੰ ਕਿਰਾਇਆ ਮਾਫ਼ ਕਰ ਦਾਂਗੇ, ਵੀ ਤੁਹਾਨੂੰ ਕਿਰਾਇਆ ਦੇਣ ਦੀ ਲੋੜ ਨਹੀਂ, ਜਾਂ ਤੁਹਾਨੂੰ ਅਸੀਂ ਪੈਸੇ ਬਿਲਕੁਲ ਦਿੰਦੇ, ਉਹ ਚੀਜ਼ਾਂ ਕਰਦੇ ਨੇ। ਯਾਰ ਮੈਂ ਹੈਰਾਨ ਹਾਂ ਨਾ ਯਾਰ, ਤੁਸੀਂ ਸਿੱਧੀ ਵੀ ਤੁਸੀਂ ਯਾਰ ਵੀ ਕਹੇ ਜਿਹੇ ਹੋ ਗਏ ਯਾਰ। ਦਲੇਰ ਐਵੇਂ ਹੀ ਇੱਕ ਹੋਰ ਗੱਲ ਹੋਈ ਸੀ, ਇਹ ਗੱਲ ਹੈਗੀ ਆ ਲਗਭਗ ਅੱਜ ਤੋਂ 7-8 ਮਹੀਨੇ ਪੁਰਾਣੀ ਗੱਲ ਆ। ਅਤੇ ਮੇਰੇ ਪੁਰਾਣੇ ਕੰਮ 'ਤੇ ਨਾ ਇੱਕ ਕੁੜੀ ਕੰਮ ਕਰਦੀ ਸੀ ਮੇਰੇ ਨਾਲ, ਮੈਰਿਡ ਆ, ਹੈ ਨਾ, ਅਤੇ ਵਧੀਆ ਨਾ ਉਹਨਾਂ ਦਾ ਫੈਮਿਲੀ ਚੱਲ ਇੱਥੇ ਆਈ ਆ, ਅਤੇ ਕੁੜੀ ਬਹੁਤ ਸਾਊ ਆ, ਵਧੀਆ ਕੰਮ ਕਰਦੀ ਆ। ਅਤੇ ਉਹਨੂੰ ਇਹ ਸੀ ਕਿ ਹਾਂ ਉਹ ਨਾ ਇੱਕ ਵੇਅਰ ਹਾਊਸ ਦੇ ਕੰਮ ਤੋਂ ਨਿਕਲ ਕੇ ਉਹ ਕਿਸੇ ਵਧੀਆ ਜਗ੍ਹਾ 'ਤੇ ਹੋਰ ਕੰਮ ਕਰ ਲਏ, ਜਾਂ ਫਿਰ ਜਿਵੇਂ ਇਮੀਗ੍ਰੇਸ਼ਨ ਵਗੈਰਾ ਦੇ ਵਿੱਚ, ਹੈ ਨਾ, ਥੋੜ੍ਹਾ ਬਹੁਤ ਕੰਮ ਸਿੱਖ ਲਏ। ਐਵੇਂ ਹੀ ਉਹਨਾਂ ਨੇ ਕਈ ਜੋਬਾਂ ਉਹਨੇ ਅਪਲਾਈ ਕੀਤੀਆਂ, ਉਹਨਾਂ ਦੇ ਵਿੱਚੋਂ ਕੋਈ ਇੱਕ ਇਮੀਗ੍ਰੇਸ਼ਨ ਦਾ ਕੰਮ ਸੀ, ਅਤੇ ਉਹ ਵੀ ਆਪਣਾ ਪੰਜਾਬੀਆਂ ਦਾ ਹੀ ਸੀ। ਅਤੇ ਉਹਨੇ ਜਦੋਂ ਅਪਲਾਈ ਕੀਤਾ ਤਾਂ ਉਹਨੂੰ ਉਹਦਾ ਰਿਪਲਾਈ ਤਾਂ ਆ ਗਿਆ, ਅਪਲਾਈ ਕਰਨ ਤੋਂ ਬਾਅਦ ਇੰਡੀਡ ਤੋਂ ਉਹਦਾ ਉਹਨੂੰ ਈਮੇਲ ਆਈ ਕਿ ਹਾਂ ਤੁਹਾਡੀ ਇਸ ਇੰਟਰਵਿਊ ਅਸੀਂ ਲੈਣ ਲਈ ਤਿਆਰ ਹਾਂ। ਪਰ ਉਸ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਛੋਟੀ ਜਿਹੀ ਗੱਲਾਂ ਹੋਰ ਲਿਖੀਆਂ ਹੋਈਆਂ ਸੀ, ਉਹਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਹੈਗਾ, ਕੋਈ ਐਜੂਕੇਸ਼ਨ ਨਹੀਂ ਮੰਗੀ ਹੈਗੀ, ਕੋਈ ਇਮੀਗ੍ਰੇਸ਼ਨ ਬਾਰੇ ਕੋਈ ਜਾਣਕਾਰੀ, ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਸੀ। ਕਿਹੜੀ ਚੀਜ਼ ਦੀ ਲੋੜ ਸੀ? ਉਹਨੇ ਇਹ ਕਿਹਾ ਸਿੱਧਾ, ਇਹ ਲਿਖਿਆ ਹੋਇਆ ਸੀ ਕਿ ਹਾਂ ਤੂੰ ਮੇਨ ਫਰੰਟ ਡੈਸਕ 'ਤੇ ਬੈਠਣਾ, ਉਸ ਤੋਂ ਬਾਅਦ ਉਹਦਾ ਕੱਪੜੇ ਪਾਉਣ ਦਾ ਢੰਗ ਇਹੋ ਜਿਹਾ ਹੋਣਾ ਚਾਹੀਦਾ ਕਿ ਛੋਟਾ ਹੋਣਾ ਚਾਹੀਦਾ, ਛੋਟੇ ਕੱਪੜੇ ਪਾਉਣੇ ਆ, ਅਤੇ ਐਕਸਪੋਜ਼ ਜਿੰਨਾ ਵੱਧ ਤੋਂ ਵੱਧ ਕਰ ਸਕਦੀਆਂ, ਅਤੇ ਹਾਂ ਉਸ ਤੋਂ ਬਾਅਦ ਤੁਰ ਫਿਰ ਕੇ ਵੀ ਉਹਨਾਂ ਦੇ ਕਸਟਮਰਾਂ ਦੇ ਸਾਹਮਣੇ ਵੀ ਤੁਰ ਫਿਰ ਕੇ ਵੀ ਦਿਖਾਉਣਾ, ਹੈ ਨਾ, ਵੀ ਤਾਂ ਕਿ ਥੋੜ੍ਹਾ ਜਿਹਾ ਉਹਨਾਂ ਲਈ ਇੱਕ ਤਰ੍ਹਾਂ ਦਾ ਉਹ ਆ ਨਾ, ਇੱਕ ਫੇਕ ਇਲੀਜ਼ਨ ਬਣਾਇਆ ਜਾ ਰਿਹਾ ਆਪਦੇ ਕੋਲ ਕਸਟਮਰ ਨੂੰ ਖਿੱਚਣ ਦਾ ਜਾਂ ਕੁਛ ਆ, ਅਤੇ ਵਰਤਿਆ ਜਾ ਰਿਹਾ ਆਪਣੀਆਂ ਪੰਜਾਬੀ ਕੁੜੀਆਂ ਨੂੰ, ਠੀਕ ਆ। ਅਤੇ ਉਹਨੂੰ ਆ ਸਿੱਧੀ ਈਮੇਲ ਆਈ, ਅਤੇ ਉਹਨੇ ਈਮੇਲ ਮੈਨੂੰ ਵੀ ਦਿਖਾਈ ਆ, ਸ਼ਾਇਦ ਜੇ ਮੇਰੇ ਕੋਲ ਪਈ ਹੋਈ ਮੈਂ ਸਕਰੀਨ ਸ਼ੋਟ ਮੈਂ ਤੈਨੂੰ ਇਸ ਵੀਡੀਓ ਦੇ ਵਿੱਚ ਭੇਜ ਦੂੰਗਾ, ਇੱਕ ਵਾਰ ਐਡ ਜ਼ਰੂਰ ਕਰ ਦੀ ਉਹਨੂੰ, ਹੈ ਨਾ। ਅਤੇ ਇਹ ਕਿੰਨੀ ਮਤਲਬ ਸ਼ਰਮ ਵਾਲੀ ਗੱਲ ਆ ਨਾ ਕਿ ਆਪਣੇ ਬੰਦੇ ਹੀ ਆਪਣੀਆਂ ਕੁੜੀਆਂ ਨੂੰ, ਧੀਆਂ ਭੈਣਾਂ ਨੂੰ ਇਹੋ ਜਿਹਾ ਕੁਛ ਕਰਨ ਲਈ ਮਜਬੂਰ ਕਰ ਰਿਹਾ ਤਾਂ ਕਿ ਉਹਨਾਂ ਦੀਆਂ ਫੀਸਾਂ। ਉਹ ਤਾਂ ਕਹਿੰਦੀ ਚੱਲ ਠੀਕ ਆ, ਉਹ ਤਾਂ ਵੀ ਐਂ ਸੀ ਵੀ ਸਟਰੋਂਗ ਸੀ ਨਾ, ਚੱਲ ਕੋਈ ਫੀਸ ਨਹੀਂ ਭਰਨੀ ਸੀ ਪੀ ਆਰ ਆਈ ਇੱਥੇ। ਪਰ ਗੱਲ ਇਹ ਆ ਕਿ ਜੇ ਉਹਦੀ ਜਗ੍ਹਾ 'ਤੇ ਕੋਈ ਹੋਰ ਕੁੜੀ ਹੁੰਦੀ ਜਿਹੜੀ 18-19 ਸਾਲ ਦੀ ਹੁੰਦੀ, ਇਹ ਤਾਂ ਚੱਲ ਇਹ ਕਿ ਮੈਰਿਡ ਸੀ, ਹੈ ਨਾ, ਗ੍ਰੈਜੂਏਸ਼ਨ ਵਗੈਰਾ ਕਰਕੇ ਆਈ ਇੱਥੋਂ, ਅਤੇ ਜੇ 18-19 ਸਾਲ ਦੀ ਕੁੜੀ ਹੁੰਦੀ ਉਹਨੇ ਤਾਂ ਮੰਨ ਜਾਣਾ ਸੀ ਕਿ ਹਾਂ ਚੱਲ ਕੋਈ ਗੱਲ ਨਹੀਂ, ਹੈ ਨਾ, ਚੱਲ ਪੈਸੇ ਇਕੱਠੇ ਹੋ ਜਾਣਗੇ, ਨਾ ਐਕਸਪੀਰੀਅੰਸ ਮੰਗ ਰਹੇ ਨਾ ਕੁਛ ਹੋਰ, ਨਾ ਕੋਈ ਕੰਮ ਕਰਨਾ, ਬਸ ਕੱਪੜੇ ਹੀ ਪਾਉਣੇ ਆ। ਅੱਜ ਕੱਲ੍ਹ ਤਾਂ ਇਹ ਵੀ ਆ ਕਿ ਹਾਂ ਕਈਆਂ ਨੂੰ ਤਾਂ ਸ਼ੌਂਕ ਵੀ ਚੜ੍ਹਿਆ ਇੱਥੇ ਆ ਕੇ, ਚੱਲ ਠੀਕ ਆ ਜਿੰਨੀ ਉਹਨਾਂ ਨੂੰ ਫਾਇਦਾ ਮਿਲੇ ਵੀ ਐਵੇਂ ਦੇ ਕੱਪੜੇ ਪਾਏ ਜਾ ਸਕਣ, ਉਹ ਕਿਹੜਾ ਆਪਦੇ ਆਪ ਤੋਂ ਘੱਟ ਨੇ ਇੱਥੇ, ਉਵੇਂ ਹੀ ਆ। ਜੇ ਉਹਦੀ ਜਗ੍ਹਾ 'ਤੇ ਕੋਈ ਹੋਰ ਛੋਟੀ ਕੁੜੀ ਹੁੰਦੀ, ਆਈ ਨਹੀਂ ਪਤਾ, ਸ਼ਾਇਦ ਉਹਨੇ ਰਿਜੈਕਟ ਕਰਤੀ ਜਾਂ ਕਿਸੇ ਹੋਰ ਨੇ ਐਕਸੈਪਟ ਕਰ ਲਈ ਹੋਵੇ। ਆਈ ਨਾ ਆ ਗੱਡੀਆਂ ਵੇਚਣ ਵਾਲੇ, ਇਹਨਾਂ ਨੇ ਜਮੀ ਸ਼ਰਮ ਲਾ ਰੱਖੀ, ਹੈ ਨਾ, ਹਾਂ ਸਹੀ ਗੱਲ, ਸੇਮ ਗੱਲ ਮੈਂ ਕਹਿੰਦਾ, ਬਾਈ ਜੀ ਵਾਲੇ ਲਾ ਲਾ, ਚੱਲ ਆਪਾਂ ਨਵੇਂ ਲੈਣ ਦੇ, ਬਾਈ ਜੀ ਵਾਲੇ ਹੋ ਗਏ, ਹੈ ਨਾ, ਅਤੇ ਆਹ ਨਵਾਂ ਮੋਟਰਸ ਵਾਲੇ ਨੇ, ਕਿੰਨੇ ਨੇ ਯਾਰ ਉਰੇ ਵੀ, ਹਾਂ ਗੇੜੀ ਰੂਟ ਵਾਲੇ, ਤੁਹਾਡੀਆਂ ਸਿੱਧੇ ਤੌਰ 'ਤੇ ਤੁਹਾਡੀਆਂ ਗੱਡੀਆਂ ਨਹੀਂ ਵਿਕ ਰਹੀਆਂ ਯਾਰ, ਬਈ ਉਹ ਕੀ ਆ ਕਲਿੰਟਨ, ਹੈ ਨਾ, ਕੁੜੀ ਹੈ, ਠੀਕ ਹੈ, ਉਹਨੂੰ ਛੋਟੇ ਕੱਪੜੇ ਪਵਾ ਕੇ ਉਹਦੇ ਨਾ ਉਹ ਗੱਡੀ ਦੇ ਨਾ ਮੂਹਰੇ ਜਿਹੜਾ ਉਹ ਹੁੰਦਾ ਹੈਗਾ ਜਾਲੀ ਜੀ ਹੁੰਦੀ ਹੈਗੀ, ਹੈ ਨਾ, ਉੱਥੇ ਚਮਚਾ ਟਕਾ ਕੇ ਨਾ ਉੱਤੇ ਟਕਾ ਕੇ ਉਹਦੇ ਸਟ੍ਰੋਬੇਰੀ ਐਂ ਖਾ ਰਹੀ ਉੱਥੇ ਪਈ, ਅਤੇ ਉੱਥੇ ਵੀਡੀਓ ਬਣਾ, ਯਾਰ ਕੋਈ ਤੁੱਕ ਬਣੀ ਇਸ ਚੀਜ਼ ਦੀ ਨਾ, ਅਤੇ ਉੱਤੋਂ ਮੈਂ ਸ਼ਰਮ ਨਹੀਂ ਮਾਰੋ ਮੁੰਡੇ ਯਾਰ, ਜਿਹੜੇ ਇਹ ਕੁੜੀਆਂ ਨੂੰ ਦੇਖ ਕੇ ਉੱਥੇ ਗੱਡੀਆਂ ਲੈਣ ਭੱਗ ਜਾਂਦੇ ਨੇਗੇ, ਅਤੇ ਉੱਥੇ ਜਾ ਕੇ ਕਹਿੰਦੇ ਨੇ ਜੀ ਅਸੀਂ ਤਾਂ ਜੀ ਤੁਹਾਡੇ ਕਰਕੇ ਆਏ ਹਾਂਗੇ, ਵੀ ਤੁਸੀਂ ਯਾਰ ਤੁਹਾਨੂੰ ਸ਼ਰਮ ਲਏ ਯਾਰ,
ਕਮਾਲ ਕਰੀ ਜਾਂਦੇ ਹੋ ਤੁਸੀਂ ਯਾਰ, ਤੁਸੀਂ ਆਏ ਨਹੀਂ ਦੇਖਦੇ ਵੀ ਤੁਹਾਡਾ ਇੰਟਰਸਟ ਰੇਟ ਕੀ ਹੈ, ਚਾਹੀਦਾ ਤੁਹਾਨੂੰ, ਤੁਹਾਨੂੰ ਗੱਡੀ ਮਹਿੰਗੀ ਪੈ ਰਹੀ ਹੈ ਕਿ ਸਸਤੀ ਪੈ ਰਹੀ ਹੈ, ਤੁਸੀਂ ਚੱਕ ਕੇ ਮੂੰਹ ਆਹ ਚੀਜ਼ ਕਰਕੇ ਉੱਥੇ ਆ ਜਾਂਦੇ ਹੁੰਦੇ। ਥੋੜ੍ਹਾ ਜਿਹਾ ਤਾਂ ਤੁਸੀਂ ਵੀ ਦੇਖਿਆ ਕਰੋ ਯਾਰ, ਤੁਸੀਂ ਇੱਕ ਚੀਜ਼ ਇਹ ਅਸਲ ਦੇ ਵਿੱਚ ਨਾ ਉਹ ਲੋਕਾਂ ਦਾ ਦਿਮਾਗ ਪੜ ਗਏ ਜਿਹੜੇ ਆਹ ਗੱਡੀਆਂ ਵੇਚਣ ਆਏ ਨੇ, ਇਹਨਾਂ ਨੂੰ ਮਾਰਕੀਟ ਦਾ ਆ ਗਿਆ ਹਿਸਾਬ ਵੀ ਸਾਲਾ ਐਂ ਤਾਂ ਗੱਡੀਆਂ ਵਿਕਦੀਆਂ ਨਹੀਂ ਹੈਗੀਆਂ, ਜੇ ਆਹ ਕੁਛ ਕਰਾਂਗੇ ਨਾ, ਜੇ ਐਂ ਥੋੜ੍ਹਾ ਜਿਹਾ ਨੰਗ ਤੰਗ ਦਿਖਾਵਾਂਗੇ ਆਪਾਂ ਤਾਂ ਲੋਕ ਉਹ ਹੋਣਗੇ। ਪਹਿਲਾਂ ਸੁਣੇ ਤੁਸੀਂ ਹੋਣਾ, ਹੁਣ ਤਾਂ ਮਤਲਬ ਵਿੰਟਰ ਆਉਣ ਵਾਲੇ ਆ, ਪਿਛਲੇ ਸਾਲ ਬਹੁਤ ਚੱਲੇਗਾ, ਉਹ ਇਹੀ ਸੀਗਾ। ਪਰ ਯਾਰ ਮੈਨੂੰ ਤਾਂ ਕੁੜੀਆਂ ਦੀ ਨਹੀਂ ਸਮਝ ਆਉਂਦੀ, ਚੱਲ ਉਹ ਰੁਖਸਾਰ ਪਤਾ ਨਹੀਂ ਪਾਕਿਸਤਾਨੀਆਂ ਜਾਂ ਕੁਛ ਆ, ਪਰ ਜਿਹੜੀਆਂ ਹੋਰ ਆ ਨਵੀਆਂ ਕੁੜੀਆਂ ਸਾਰੀ ਪੰਜਾਬੀ ਕੁੜੀਆਂ ਨੇ ਬਾਈ, ਪੰਜਾਬੀ 'ਚ ਗੱਲ ਕਰ ਰਹੀਆਂ ਨੇ, ਸਾਰਾ ਕੁਛ ਕਰ ਰਹੇ ਨੇ, ਹੈ ਨਾ, ਅਤੇ ਉਹ ਉਹਨਾਂ ਨੇ ਇੰਨਾ ਗੰਦ ਪਾਇਆ। ਹੁਣ ਚੱਲ ਗੰਡੀਆਂ ਤੋਂ ਸ਼ੁਰੂ ਹੋਇਆ ਸੀ, ਹੁਣ ਤਾਂ ਜੈਸੇ ਕਿਤੇ ਪੀਜ਼ਾ ਸਟੋਰਾਂ ਦੀਆਂ ਵੀ ਐਡਾਂ ਹੁੰਦੀਆਂ ਨਾ, ਉਹਦੇ ਵਿੱਚ ਵੀ ਇਹੀ ਕੁਛ ਚੱਲ ਰਿਹਾ, ਜਿੱਥੇ ਜਾਓ ਉੱਥੇ ਹੀ ਐਕਸਪੋਜ ਜਿੰਨਾ ਹੋ ਸਕੇ ਆਪਣੀ ਪੰਜਾਬੀ ਕੁੜੀਆਂ। ਆਪਾਂ ਪਹਿਲਾਂ ਸੋਚ ਲੈਂਦੇ ਸੀ ਨਾ, ਚੱਲ ਠੀਕ ਆ, ਜਦੋਂ ਕਈ ਸਾਲ ਪਹਿਲਾਂ ਦੀ ਗੱਲ ਆ ਕਿ ਇਹੋ ਜਿਹਾ ਕੁਛ ਹਿੰਦੀ ਫਿਲਮਾਂ 'ਚ ਹੁੰਦਾ ਜਾਂ ਹਿੰਦੀ ਉੱਧਰ ਉਰਾਂ ਭਰਾ ਹੁੰਦਾ ਜਾਂ ਹਾਲੀਵੁੱਡ 'ਚ ਹੁੰਦਾ, ਹਿੰਦੀ 'ਚ ਵੀ ਘੱਟ ਵੱਧ ਹੀ ਹੁੰਦਾ ਸੀ, ਵੀ ਸਿੱਧਾ ਪੰਜਾਬ ਦੇ ਵਿੱਚ ਆਇਆ ਹੈ ਨਾ, ਜਿੱਥੇ ਇੱਕ ਇੱਜ਼ਤ ਨੂੰ ਬਹੁਤ ਵੱਡਾ ਸਮਝਿਆ ਜਾਂਦਾ ਅਤੇ ਇੱਕ ਸ਼ਰਮ ਨਾਮ ਦੀ ਚੀਜ਼ ਹੁੰਦੀ ਆ ਪੰਜਾਬ ਦੀਆਂ ਧੀਆਂ ਭੈਣਾਂ ਦੇ ਵਿੱਚ, ਉੱਥੇ ਕੀ ਚੱਲ ਜਿਹੜੇ ਗੱਡੀਆਂ ਵਾਲੇ ਨੇ ਉਹਨਾਂ ਨੂੰ ਤਾਂ ਪਤਾ ਉਹਨਾਂ ਦੇ ਗੱਡੀਆਂ ਵਿਕਣਗੀਆਂ, ਕਿੰਨਾ ਪੈਸਾ ਕਮਾ ਲੈਣਗੇ, ਬਿਜ਼ਨਸ ਖੜ੍ਹੇ ਕਰ ਲੈਣਗੇ, ਆਪਦੇ ਜਵਾਕਾਂ ਦੀ ਜ਼ਿੰਦਗੀ ਬਣਾ ਜਾਣਗੇ। ਪਰ ਜਿਹੜੀਆਂ ਆਪਦਾ ਮਤਲਬ ਇਹ ਆ ਜਵਾਨੀ ਦੇ ਟਾਈਮ ਦੇ ਵਿੱਚ ਐਕਸਪੋਜ਼ ਕਰ ਕਰਕੇ ਆਹ ਕੰਮ ਕਰ ਰਹੀਆਂ ਨੇ, ਕਿੰਨਾ ਕੁ ਚਿਰ ਇਸ ਦੇ ਸਿਰ 'ਤੇ ਉਹ ਖਾ ਲੈਣਗੀਆਂ। ਰਣਵੀਰ ਤੂੰ ਸਪੋਜ਼ ਕਰ ਤੂੰ ਪੀਜ਼ੀ ਲੈਣਾ, ਤਾਂ ਇਹ ਕਹਿੰਦਾ ਮੈਂ ਚੱਲ ਕਿਸੇ ਕੁੜੀ ਤੋਂ ਐਡ ਕਰਾਉਣੀ ਹੈ, ਠੀਕ ਹੈ, ਤੂੰ ਉਹਨੂੰ ਦੇ ਦੇਗਾ $500, ਠੀਕ ਹੈ, $500 ਤੁਸੀਂ ਆਪਦੀ ਇੱਜ਼ਤ ਵੇਚਦੇ ਫਿਰਦੇ ਹੋ, ਠੀਕ ਹੈ, ਅਤੇ ਉਹ ਠੀਕ ਹੈ $500 ਦੇ ਦੇਗਾ, ਉਹ ਵੀਡੀਓ ਸ਼ੂਟ ਕਿੱਥੋਂ ਹੋਊਗੀ, ਉਹ ਤੁਰੀ ਜਾ ਰਹੀ ਹੋਊਗੀ, ਉਹਦੀ ਪਿੱਠ ਹੋਊਗੀ, ਪਿੱਠ ਤੋਂ ਵੀਡੀਓ ਸ਼ੁਰੂ ਹੋਊਗੀ, ਠੀਕ ਹੈ, ਪਿੱਠ ਤੋਂ ਵੀ ਹੇਠੋਂ ਹੋਊਗੀ ਸ਼ੁਰੂ, ਠੀਕ ਹੈ, ਉੱਥੋਂ ਸ਼ੁਰੂ ਹੋ ਕੇ ਵੀਡੀਓ ਫਿਰ ਉੱਪਰ ਦਿਖਾਉਣਗੇ ਪੀਜ਼ਾ, ਪੀਜ਼ਾ ਖਾਣੇ ਮੰਗਦੇ ਹੋ, ਇੱਥੇ ਪੀਜ਼ਾ, ਇਹ ਸਭ ਤੋਂ ਵਧੀਆ ਪੀਜ਼ਾ, ਬੜਾ ਸਵਾਦ ਆ, ਲਜ਼ਾਕੇਦਾਰ ਆਇਆ, ਵਾਹ ਯਾਰ, ਲੋਕਾਂ ਨੇ ਪੀਜ਼ਾ ਪੂਜ਼ਾ ਨਹੀਂ ਦੇਖਣਾ ਹੁੰਦਾ, ਪੀਜ਼ੇ ਦਾ ਤਾਂ ਹੁੰਦਾ ਨਹੀਂ ਗਾ ਵੀ ਵੀਡੀਓ 1000 ਲਵੇ ਪਹੁੰਚੀ, 10 ਦੀ ਨਿਗਾਹ ਪੈ ਗਈ ਤਾਂ 10 ਬੰਦੇ ਆ ਗਏ, ਉਹ ਮਾਰਕੀਟ ਸਟ੍ਰੈਟਜੀ ਇਹ ਹੈ, ਲੋਕਾਂ ਨੇ ਤਾਂ ਦੇਖਣ ਦਾ ਕੁਛ ਹੋਰ ਹੀ ਹੁੰਦਾ ਹੈਗਾ, ਮਤਲਬ ਉਹ ਚੀਜ਼ ਹੈ ਵੀ ਤੁਸੀਂ ਆਪਦੀ ਇੱਜ਼ਤ ਨਿਲਾਮ ਕਰਦੇ ਫਿਰਦੇ ਹੋ, ਤੁਹਾਨੂੰ ਆਈ ਨਹੀਂ ਪਤਾ ਤੁਸੀਂ ਆਏ ਕਿੱਥੋਂ, ਉਹ ਚੀਜ਼ਾਂ ਨੂੰ ਥੋੜ੍ਹੀ ਲੈ ਜੇ ਯਾਰ, ਤੁਹਾਡੀ ਸ਼ਰਮ ਯਾਰ, ਕਮਾਲ ਕਰੀ ਫਿਰਦੀ ਹੈ, $100 ਦੀ ਇੱਜ਼ਤ ਵਿਕਰੀ ਆ, $100 ਅਤੇ ਮੈਂ ਇੱਕ ਚੀਜ਼ ਤੈਨੂੰ ਮੈਂ ਹੋਰ ਦੱਸਾਂ ਵਿੱਚ ਨਾ, ਚਲੋ ਮੈਂ ਉਵੇਂ ਨਹੀਂ ਕਹਿੰਦਾ, ਵਿੱਚ ਇਹ ਪਰਿਵਾਰ ਵੀ ਕਰਦੇ ਨੇ ਰਣਵੀਰ, ਖੈਰ ਮੈਂ ਨਾਂ ਨਹੀਂ ਲਊਂਗਾ, ਪਿੱਛੇ ਜੇ ਨਾ ਇੱਕ ਆਪਾਂ ਜਾਣਦੇ ਹਾਂ ਨਾ, ਅਤੇ ਕਹਾਂ ਦੀ ਕਹਾਂ ਨਾ, ਇੱਕ ਪਰਿਵਾਰ ਆ, ਉਹ ਵਿਜ਼ਟਰ 'ਤੇ ਉਰੇ ਆਇਆ, ਠੀਕ ਹੈ, ਉਹਨਾਂ ਨਾਲ ਉੱਥੇ ਇੱਕ ਕੁੜੀ ਹੈ 17 ਸਾਲ ਦੀ, ਠੀਕ ਹੈ, ਉਹ ਵੀ ਵਿਜ਼ਟਰ 'ਤੇ ਆ ਗਈ, ਅਤੇ ਉਹਨੂੰ ਉਰੇ ਆ ਕੇ ਰੀਲਾਂ 'ਤੇ ਲਾਤਾ, ਛੋਟੇ ਕੱਪੜੇ ਪਾ ਕੇ ਰੀਲਾਂ ਪਾਓ ਉਹ ਚੀਜ਼ਾਂ 'ਤੇ, ਹੈ ਨਾ, ਅਤੇ ਮਤਲਬ ਉਹ ਕਰਕੇ ਫੋਲੋਅਰਸ ਗੇਨ ਕਰ ਰਹੇ ਨੇ ਉਹਦੇ, ਵੀ ਕੱਲ੍ਹ ਨੂੰ ਇਹਦੇ ਸਿਰ ਤੋਂ ਅਸੀਂ ਰੋਟੀ ਖਾਵਾਂਗੇ, ਹੁਣ ਤੁਸੀਂ ਦੇਖ ਲਿਆ ਯਾਰ ਕਿੱਥੇ ਤੱਕ ਗਿਰਿਆ ਪਿਆ, ਹੈ ਨਾ, ਕਿੱਥੇ ਤੱਕ ਗਿਰ ਕੇ ਵੀ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੀਆਂ ਲੋਕ ਸਾਹਮਣੇ ਲਾਗੇ ਕਰਨ ਉਹ ਚੀਜ਼ਾਂ ਕਰਕੇ, ਯਾਰ ਕਿੱਥੇ ਤੱਕ ਜਾ ਖੜੂ ਗੱਲ। ਹੁਣ ਯਾਰ ਮੈਂ ਤਾਂ ਉਹ ਚੀਜ਼ ਦੇਖ ਕੇ ਮੈਂ ਬੜਾ ਸ਼ੌਕ ਹੋਇਆ, ਮੈਂ ਯਾਰ ਆਪਣੀਆਂ ਕੁੜੀਆਂ ਨੂੰ ਯਾਰ ਦੇਹ ਵਪਾਰ 'ਚ ਪਾਇਆ ਜਾ ਰਿਹਾ, ਮਤਲਬ ਠੀਕ ਹੈ ਯਾਰ ਤੁਸੀਂ ਕੰਮ ਨਹੀਂ ਹੈਗਾ, ਇਟਸ ਓਕੇ, ਵਿਹਲੇ ਬਹਿ ਜਾਓ, $650 GAC ਦਾ ਆਉਂਦਾ ਹੈਗਾ, 2 ਸਾਲ ਆਊਗਾ, ਐਂ ਤਾਂ ਹੈ ਨਹੀਂ ਵੀ 2 ਸਾਲ ਤੁਹਾਨੂੰ ਕੰਮ ਨਹੀਂ ਮਿਲਦਾ, ਘੱਟ 'ਚ ਸਾਰ ਲਓ ਯਾਰ, ਔਖੇ ਸੌਖੇ ਮਾਪਿਆਂ ਨੂੰ ਕਹਿ ਦਿਓ ਯਾਰ ਜੇ ਮਰਜ਼ੀ ਸਾਡੀ ਫੀਸ ਤਾਂ ਭਰੋ, ਜਾਂ ਸਾਨੂੰ ਉਰੇ ਤੱਕ ਭੇਜ ਤਾ, ਜਾਂ 25-30 ਲੱਖ ਲਾ ਤਾ, ਜਿਵੇਂ ਮਰਜ਼ੀ ਕਰੋ, ਹਾਂ ਇਹ ਮਾਪਿਆਂ ਨੂੰ ਕਿਹੀ ਲਾਇਆ, ਤੁਸੀਂ ਪ੍ਰੈਸ਼ਰ ਨਾ ਪਾਓ ਜਵਾਕ 'ਤੇ ਯਾਰ, ਜਵਾਕ ਨੂੰ ਗਲਤ ਕਦਮ ਚੱਕਣ 'ਤੇ ਤੁਸੀਂ ਮਜਬੂਰ ਨਾ ਕਰੋ। ਯਾਰ ਗਲਤੀ ਹੋਈ ਉਹਨਾਂ ਦੀ ਵੀ ਆ ਇਨਫਲੂਐਂਸਰਾਂ ਦੀ, ਹੈ ਨਾ, ਜਿਵੇਂ ਆਹ ਪੁਰਾਣੀਆਂ ਸੀ, ਪਹਿਲਾਂ ਉਹਨੇ 2-3 ਗਾਣੇ ਕੱਢੇ, ਹੁਣ ਹੋਰ ਕਈ ਕੰਮਾਂ 'ਚ ਪੈ ਗਈਆਂ, ਪਤਾ ਨਹੀਂ ਕਿਸ
ਕਿਸ ਤਰੀਕੇ ਨਾਲ ਹੈ ਨਾ, ਕਿਵੇਂ ਕਿਸ ਹੱਦ ਤੱਕ ਇਹਨਾਂ ਦਾ ਇਹ ਬਿਜ਼ਨਸ ਚੱਲ ਰਹੇ ਆ, ਕੋਈ ਓਨਲੀ ਫੈਨ ਕੋਈ ਕੁਛ ਹੈ ਨਾ, ਕਿੱਥੇ ਕਿੱਥੇ ਉਹਨਾਂ ਨੇ ਅਕਾਊਂਟ ਬਣਾਏ ਨੇ, ਪੰਜਾਬੀ ਕੁੜੀਆਂ ਆਸਟ੍ਰੇਲੀਆ 'ਚ ਲਾ ਲਾ ਕਈ, ਇੱਥੇ ਕੈਨੇਡਾ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਮਸ਼ਹੂਰ ਆ ਇੱਕ ਅੱਧੀ, ਅਤੇ ਉਹਨਾਂ ਕਰਕੇ ਹੋਰ ਨੂੰ ਪਤਾ ਨਹੀਂ ਕਿੰਨਿਆਂ ਕੁ ਨੂੰ ਅੱਗੇ ਉਹ ਮਿਲ ਰਹੀ ਆ ਹੈ ਨਾ, ਮਤਲਬ ਹੱਲਾਸ਼ੇਰੀ ਉਹ ਮਿਲ ਰਹੀ ਆ ਕਿ ਹਾਂ ਜਦ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਉਹ ਖੁਸ਼ ਨੇ ਤਾਂ ਸਾਡਾ ਵੀ ਚੱਲੀ ਜਾਊਗਾ। ਹਾਂ, ਓਨਲੀ ਫੈਨਸ ਮਤਲਬ ਉਹ ਹੁੰਦਾ ਜਿਵੇਂ ਆਪਣਾ ਯੂਟਿਊਬ ਦੇ ਵਿੱਚ ਤਾਂ ਇੱਕ ਆਪਾਂ ਵੀਡੀਓ ਪਾ ਸਕਦੇ ਹਾਂ, ਉਹਦੇ ਵਿੱਚ ਕੋਈ ਏਜ ਰਿਸਟ੍ਰਿਕਸ਼ਨ ਨਾਮ ਦੀ ਚੀਜ਼ ਹੁੰਦੀ ਆ, ਤਾਂ ਕਿ ਆਪਾਂ ਸਿਰਫ ਉਹ ਵੀਡੀਓ ਪਾ ਸਕੀਏ ਜਿਹਦੇ ਵਿੱਚ ਕੁਛ ਗਲਤ ਨਾ ਹੋਵੇ, ਕੁਛ ਸੈਕਸੁਅਲੀ ਅਬਿਊਜ਼ ਨਾ ਕੀਤਾ ਹੋਵੇ ਕਿਸੇ ਨੂੰ, ਜਾਂ ਫਿਰ ਕੁਛ ਵੀ ਐਵੇਂ ਦੀ ਗਲਤ ਕੰਟੈਂਟ ਨਾ ਪਾਇਆ ਜਾਵੇ। ਪਰ ਓਨਲੀ ਫੈਨ ਇਹੀ ਜਿਹੀ ਚੀਜ਼ ਆ ਜਿਵੇਂ ਆਪਾਂ ਕਹਿ ਸਕਦੇ ਹਾਂ ਕੁਛ ਵੀ ਕੋਈ ਗਲਤ ਵੀਡੀਓ ਬਣਾਈ ਹੁੰਦੀ ਆ, ਜਾਂ ਫਿਰ ਆਪਣੀ ਬੋਡੀ ਨੂੰ ਐਕਸਪੋਜ਼ ਕੀਤਾ ਹੁੰਦਾ, ਜਾਂ ਕੁਛ ਵੀ ਜੇ ਤੁਸੀਂ ਸਮਝ ਸਕ ਰਹੇ ਹੋ, ਤਾਂ ਉਹ ਸਾਰੀਆਂ ਵੀਡੀਓਆਂ ਉੱਥੇ ਇੱਕ ਪੇਡ ਮੈਂਬਰਸ਼ਿਪ ਨਾਲ ਪਾਈਆਂ ਜਾ ਰਹੀਆਂ ਨੇ, ਅਤੇ ਉਹਨਾਂ ਦੇ ਆਪਣੇ ਆਪਣੇ ਪੇਜ ਬਣਾਏ ਹੋਏ ਨੇ, ਅਤੇ ਉਹਦੀ ਹਰੇਕ ਮਹੀਨੇ ਦੀ ਸਬਸਕ੍ਰਿਪਸ਼ਨ ਹੁੰਦੀ ਆ, $30 ਦੀ, $50 ਦੀ, $100 ਦੀ, ਪਤਾ ਨਹੀਂ ਕਿੰਨੇ ਕਿੰਨੇ ਦੀ ਹੁੰਦੀ ਆ ਉਹਨਾਂ ਦੀ, ਅਤੇ ਉਹਦੇ ਵਿੱਚ ਆਪਣਾ ਕੰਟੈਂਟ ਬਣਾ ਬਣਾ ਕੇ ਕੁੜੀਆਂ, ਪਹਿਲਾਂ ਤਾਂ ਬਾਹਰਲੀਆਂ ਗੋਰੀਆਂ ਦਾ ਕੰਮ ਸੀ, ਫਿਰ ਇੰਡੀਅਨ ਦਾ ਵੀ ਮੈਂ ਇੰਨਾ ਨਹੀਂ ਸੁਣਿਆ ਹੈਗਾ ਦਲੇਰ, ਜਿੰਨਾ ਮੈਂ ਇੱਥੇ ਪੰਜਾਬੀਆਂ ਦਾ ਦੇਖ ਲਿਆ, ਫਿਰ ਪੰਜਾਬੀ ਕੁੜੀਆਂ ਇੰਨੀਆਂ ਕੁ ਜ਼ਿਆਦਾ ਉਸ ਦੇ ਉੱਤੇ ਆ ਗਈਆਂ ਨੇ ਨਾ, ਅਤੇ ਸਿਰਫ $30 ਦੇ ਵਿੱਚ ਪਤਾ ਨਹੀਂ ਕੀ ਕੁਛ ਵੇਚ ਰਹੀਆਂ ਨੇ। ਇਹ ਗੱਲ ਇਕੱਲੀ ਕੁੜੀਆਂ 'ਤੇ ਨਹੀਂ, ਮੁੰਡਿਆਂ 'ਤੇ ਵੀ ਢੁੱਕਦੇ, ਵਿੱਚ ਮੁੰਡਿਆਂ ਨੇ ਵੀ ਬਣਾ ਰੱਖੇ ਨੇ ਪੰਜਾਬੀਆਂ ਨੇ। ਅੱਛਾ, ਆਸਟ੍ਰੇਲੀਆ ਦਾ ਹੈਗਾ ਰੋਨੀ, ਰੋਨੀ ਨਾਮ ਉਹਦਾ, ਉਹਨੇ ਓਨਲੀ ਫੈਂਸ 'ਤੇ ਬਣਾ ਰੱਖਿਆ ਹੈਗਾ, ਅਤੇ ਉਹ ਪਿੱਛੇ ਜੇ ਕਰੌਲਾ ਹੀ ਪਿਆ ਤੀ ਫਿਰ ਉਹਦਾ ਡਿਲੀਟ। ਅਤੇ ਪਰ ਉਹੀ ਗੱਲ ਹੈ ਨਾ, ਜੇ ਕੁੜੀ ਨੂੰ ਕਹਿ ਦਈਏ ਵੀ ਅਸੀਂ ਕਿਉਂ ਬਣਾ, ਅਸੀਂ ਤਾਂ ਸੈਲਫ ਡਿਪੈਂਡੈਂਟ ਹਾਂ, ਗੱਲ ਸਾਰਿਆਂ ਨੂੰ ਨਹੀਂ ਅਸੀਂ ਕਹਿ ਰਹੇ, ਵਿੱਚ ਕੁਛ ਕੁ ਨੇਗੀਆਂ, ਬਹੁਤ ਕੁੜੀਆਂ ਨੇ ਜਿਹੜੀਆਂ ਉਹਦੇ ਆਪਦਾ ਮਿਹਨਤ ਕਰ ਰਹੀਆਂ ਨੇ, ਆਪਦਾ ਕਮਾ ਕੇ ਆਪਦਾ ਖਾ ਰਹੀਆਂ ਨੇਗੀਆਂ, ਆਪਦੀ ਹੱਕ ਸੱਚ ਦੀ ਕਮਾਈ ਨੂੰ ਮਾਣ ਰਹੀਆਂ ਨੇਗੀਆਂ, ਪਰ ਬਹੁਤਾਤ ਤਾਂ ਬਈ ਮਿਹਨਤ ਕਰ ਰਹੀਆਂ ਨੇ, ਕੁਛ ਕੁ ਨੇਗੀਆਂ ਜਿਹੜੀਆਂ ਦਾਗ ਲਾ ਰਹੀਆਂ ਨੇ, ਅਤੇ ਕੁਛ ਕੁ ਮੁੰਡੇ ਨੇ ਜਿਹੜੇ ਦਾਗ ਲਾ ਰਹੇ ਨੇ। ਕੁਸ਼ਕਰ ਦੇਖੋ ਉਹੀ ਆ ਨਾ, ਵੀ ਇਕੱਲੀ ਕੁੜੀ ਨਹੀਂ ਦਾਗ ਲਾ ਸਕਦੀ, ਇਕੱਲਾ ਮੁੰਡਾ ਨਹੀਂ ਦਾਗ ਲਾ ਸਕਦਾ ਹੈਗਾ, ਜ਼ਿਆਦਾ ਮਿਲ ਕੇ ਲੱਗ ਰਿਹਾ ਨਾ, ਬਹੁਤ ਸਾਰੇ ਮੈਂ ਤਾਂ ਮੇਰੇ ਸਾਹਮਣੇ ਵੀ ਇਸ ਟਾਈਮ ਮੈਂ ਹੱਥ 'ਤੇ ਗਿਣ ਸਕਦਾ ਇਹੋ ਜਿਹੇ ਮੁੰਡੇ ਕੁੜੀਆਂ ਹੈ ਨਾ, ਵੀ ਜਿਹੜੇ ਕੁੜੀਆਂ ਸਿਰਫ ਖਰਚਾ ਬਚਾਉਣ ਵਾਸਤੇ ਰੈਂਟ ਨਾ ਦੇਣ ਪਿੱਛੇ ਮੁੰਡੇ ਨਾਲ ਰਹਿ ਰਹੀਆਂ ਨੇ, ਅਤੇ ਮੁੰਡੇ ਹੀ ਸਾਰਾ ਪੇ ਕਰ ਰਹੇ ਨੇ, ਕੁੜੀਆਂ ਕੰਮ ਵੀ ਕਰ ਰਹੀਆਂ ਨੇ, ਇਹ ਨਹੀਂ ਕਹਿੰਦੇ ਅਸੀਂ ਕੰਮ ਨਹੀਂ ਕਰਦੇ, ਇਹ ਕੰਮ ਕਰਦੀਆਂ, ਸਾਰੇ ਪੈਸੇ ਬਚਾਉਂਦੀਆਂ, ਅਤੇ ਬਾਕੀ ਸਾਰੇ ਸਾਰੇ ਇੰਡੀਆ ਭੇਜਦੀਆਂ ਨੇ, ਅਤੇ ਉਹ ਕੁੜੀਆਂ ਨੂੰ ਬਸ ਇੱਥੇ ਨਾ ਰੋਟੀ ਦਾ ਖਰਚਾ ਦੇਣਾ ਪੈ ਰਿਹਾ ਨਾ ਉਹਦਾ ਖਰਚਾ। ਹੁਣ ਇਹ ਨਾ ਕਿ ਅਸੀਂ ਕੁੜੀਆਂ ਨੂੰ ਮਾੜਾ ਕਹਿ ਰਹੇ ਹਾਂ, ਹੁਣ ਜਿਹੜੇ ਮੁੰਡੇ ਨਾਲ ਰਹਿ ਰਹੇ ਨੇ ਤਾਂ ਉਹ ਵੀ ਤਾਂ ਮਾੜੇ ਨੇ ਨਾਲ ਨਾ, ਸਾਰਿਆਂ ਦਾ ਬਰਾਬਰ ਹੱਥ ਆ। ਆਪਣਾ ਨੌਂ ਹੈ ਨਾ, ਅਤੇ ਪਰਿਵਾਰ ਵਾਲਾ ਮੁੰਡਾ ਹੈ ਨਾ, ਉਰੇ ਬਰੈਂਪਟਨ 'ਚ ਘਰ ਲਿਆ ਹੋਇਆ, ਅਤੇ ਬਾਈ ਕੀ ਹੋਇਆ, ਉਹਨੇ ਨਾ ਫੋਨ ਲੈਣਾ ਸੀਗਾ ਫਲਿੱਪ 6, ਅਤੇ ਉਹਨੇ ਫੇਸਬੁੱਕ ਮਾਰਕੀਟ ਪਲੇਸ 'ਤੇ ਚਲੋ ਦੇਖ ਲਿਆ ਹੈ ਨਾ, ਚੱਲ ਕੁਛ ਕੁ ਸਸਤਾ ਮਿਲ ਰਿਹਾ ਸੀ ਨਵਾਂ ਹੀ ਫੋਨ ਹੈ ਨਾ, ਅਤੇ ਬਟ ਅਨਬੋਕਸਿੰਗ ਹੋਈ ਹੋਈ ਸੀ, ਚੱਲ ਠੀਕ ਹੈ ਨਵਾਂ ਹੀ ਸੀਗਾ, ਚੱਲ ਅਗਲਾ ਵੇਚ ਰਿਹਾ ਅਤੇ ਇਹਨੂੰ ਠੀਕ ਲੱਗੀ ਡੀਲ ਹੈ ਨਾ, ਵੀ ਬਾਹਰੋਂ ਮਹਿੰਗਾ। ਅਤੇ ਉਹ ਘਰ ਦੇ ਉਹਦੇ ਮਤਲਬ ਕਹਿ ਸਕਦੇ ਵੀ ਜਿਵੇਂ ਇੱਥੇ ਘਰ ਆਪਣੇ ਘਰ ਦੇ ਲਵੇ ਪਲਾਜੇ ਹੁੰਦੇ ਨੇ ਹੈ ਨਾ, ਉਹ ਪਲਾਜੇ ਦੇ ਵਿੱਚ ਹੀ ਸੀਗਾ ਆ ਗਿਆ ਸੀ ਬੰਦਾ ਉਹ, ਵੀ ਚੱਲ ਮੈਂ ਉੱਥੇ ਪੜਾ, ਘਰ ਦੇ ਲਵੇ ਦੀ ਕਹਿੰਦਾ ਮੈਂ ਚੱਲ ਸੋਚਿਆ ਮੈਂ ਕੀ ਗੱਡੀ ਲੈ ਕੇ ਜਾਊਂ ਇੰਨੀ ਕੁ ਦੂਰ, ਅਤੇ ਉਹ ਨਾ ਕਹਿੰਦਾ ਮੈਂ ਚੱਲ ਵਾਕਿੰਗ ਡਿਸਟੈਂਸ ਸੀਗਾ, ਸ਼ਾਮ ਹੋ ਰਹੀ ਸੀ ਹੈ ਨਾ, ਅਤੇ ਥੋੜ੍ਹਾ ਜਿਹਾ ਹਨੇਰਾ ਸੀ, ਅਤੇ ਉੱਥੇ ਕਹਿੰਦਾ ਮੈਂ ਵੱਗ ਗਿਆ, ਮੈਂ ਫੋਨ ਲੈ ਲਿਆ ਅਤੇ ਪੈਸੇ ਦੇ ਤੇ, ਅਤੇ ਜਦੋਂ ਕਹਿੰਦਾ ਮੈਂ ਫੋਨ ਲੈ ਕੇ ਉਹਨਾਂ ਨੂੰ ਆ ਰਿਹਾ ਸੀ ਘਰ ਨੂੰ ਹੈ ਨਾ, ਅਤੇ ਇੱਕ ਗੱਡੀ ਆਈ ਲਵੇ ਨਾ, ਇੱਕ ਦਸਤਾਰ ਵਾਲਾ ਮੁੰਡਾ ਦਾੜੀ ਲੱਗੀ ਹੋਈ ਹੈ ਨਾ, ਉਤਰਿਆ ਨਾਲ ਉਹਦੇ ਕੁੜੀ ਬੈਠੀ ਸੀ, ਆਪਣਾ ਆਈ ਨਹੀਂ ਆਈ, ਮੂੰਹ ਲੁਕੋਏ ਹੋਏ ਨੇ ਨਾ, ਅਤੇ ਬਾਈ ਉਹਨੇ ਪਿੱਛੇ ਉਹਦੇ ਗੰਨ ਲਾ ਲਈ, ਠੀਕ ਹੈ, ਉੱਤਰ ਕੇ, ਅਤੇ ਕਹਿੰਦਾ ਫੋਨ ਦੇ ਵੀ ਜੋ ਹੱਥ 'ਚ ਉਹਦੇ ਦੇ, ਅਤੇ ਮਤਲਬ ਪੰਜਾਬੀ 'ਚ ਬੋਲਿਆ, ਜੇ ਆਪਾਂ ਕਹਿ ਦਈਏ ਵੀ ਪੰਜਾਬੀ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਕੋਈ ਹੋਰ ਆ ਗਿਆ ਨਾ ਭੇਸ ਬਦਲ ਕੇ ਨਾ, ਪੰਜਾਬੀ 'ਚ ਬੋਲ ਰਿਹਾ ਸੀਗਾ, ਅਤੇ ਗੰਨ ਲਾ ਕੇ, ਅਤੇ ਹੁਣ ਪਰਿਵਾਰ ਵਾਲਾ ਬੰਦਾ ਉਹ ਸਹਿਮ ਗਿਆ, ਉਹ ਕਹਿੰਦਾ ਯਾਰ ਮੈਂ ਨਾਲ ਦੀ ਨਾਲ ਦਿੱਤਾ ਫੋਨ, ਅਤੇ ਕਹਿੰਦਾ ਮੈਂ ਤਾਂ ਆਪਦਾ ਸ਼ੁਕਰ ਮਨਾਇਆ ਪਰਮਾਤਮਾ ਦਾ ਵੀ ਚੱਲ ਬਚਤ ਰਹੀ,
ਕੁਛ ਵੀ ਮੈਂ ਠੀਕ ਹੈ ਯਾਰ, ਮਤਲਬ ਬੇਰੁਜ਼ਗਾਰੀ ਇੱਥੇ ਤੱਕ ਪਹੁੰਚੀ ਪਈ ਹੈ। ਹੁਣ ਐਂ ਨਾ ਸੋਚੋ ਗੰਨ ਕਿਵੇਂ ਲੈ ਲਈ, ਗੰਨ ਯਾਰ ਐਂ ਹੈ ਜਦ ਆਮ ਬੰਦਾ ਹੈ, ਹੁਣ ਆਪਾਂ ਆਪਣੇ ਪਿੱਛੇ ਕੋਈ ਲਾ ਲਿਆ ਕੇ ਨਾ ਗੰਨ, ਹੁਣ ਆਪਾਂ ਨੂੰ ਐਂ ਥੋੜ੍ਹਾ ਪਤਾ ਵੀ ਗੰਨ ਪ੍ਰੋਪਰ ਹੁੰਦੀ ਕਹੀ ਜੀ ਹੈ। ਹੁਣ ਉਰੇ ਸਭ ਜਿਹੜੇ ਕੈਨੇਡਾ ਨੇ ਉਹਨੂੰ ਤਾਂ ਪਤਾ ਹੋਣਾ ਕੈਨੇਡੀਅਨ ਟਾਇਰ ਤੋਂ, ਜਾਂ ਉਰੇ ਉਹ ਬਣੇ ਹੋਏ ਨੇ ਨਾ ਫਲੇਅਰ ਗੰਨਾਂ ਮਿਲ ਜਾਂਦੀਆਂ ਨੇਗੀਆਂ, ਉਹ ਦੇਖਣ ਨੂੰ ਤਾਂ ਜਮੀ ਅਸਲੀ ਗੰਨ ਵਰਗੀਆਂ ਲੱਗਦੀਆਂ ਨੇਗੀਆਂ, ਉੱਨੀ ਭਾਰੀ ਹੁੰਦੀਆਂ ਨੇ। ਅਤੇ ਹੁਣ ਜਦੋਂ ਉਹੀ ਚੀਜ਼ ਲਾ ਲਿਆ ਕਿ ਹੁਣ ਆਪਾਂ ਐਂ ਥੋੜ੍ਹਾ ਉੱਥੇ ਜਜਮੈਂਟ ਕਰਾਂਗੇ, ਜਦੋਂ ਸਿਚੁਏਸ਼ਨ ਆ ਪੈਂਦੀ ਆ ਆਪਣੇ 'ਤੇ ਵੀ ਹਾਂ ਇਹ ਅਸਲੀ ਹੈ ਜਾਂ ਇਹ ਨਕਲੀ ਆ, ਜਦੋਂ ਲਾਏ ਲਈ ਕੀ ਪਤਾ ਆਪਾਂ ਕਹਿੰਦੇ ਕੀ ਪਤਾ ਅਸਲੀ ਹੋਵੇ, ਹੋ ਸਕਦਾ ਅਸਲੀ ਹੀ ਹੋਵੇ, ਪਰ ਜਿਵੇਂ ਮਰਜ਼ੀ ਆ ਅਗਲਿਆ ਬਿਲਕੁਲ ਬਿਲਕੁਲ ਹੁਣ ਲੈ ਗਿਆ, ਕਹਿੰਦਾ ਬਸ ਬੈਠੇ ਗੱਡੀ 'ਚ ਅਤੇ ਪਾਰ ਗਏ। ਕਹਿੰਦਾ ਬੜਾ ਕਹਿੰਦਾ ਮਨ ਦੁਖੀ ਹੋਇਆ, ਦੋ ਨਿਆਣੇ ਨੇ ਉਹਦੇ ਬਾਈ ਦੇ, ਕਹਿੰਦਾ ਮੈਂ ਮਤਲਬ ਹੁੰਦਾ ਨਹੀਂ ਪਰਮਾਤਮਾ ਨੂੰ ਸ਼ੁਕਰ ਕੀਤਾ ਵੀ ਚੱਲ ਯਾਰ ਠੀਕ ਹੈ, ਪੈਸਾ ਤਾਂ ਆਉਣੀ ਜਿਹੀ ਚੀਜ਼ ਹੈ ਵੀ ਚੱਲ ਜ਼ਿੰਦਗੀ ਤੋਂ ਪਿਆ ਉੱਪਰ ਕੀ ਹੈ। ਕਹਿੰਦਾ ਮੈਂ ਜਵਾਕ ਨੂੰ ਗੱਲ ਲੱਗ ਕੇ ਕਹਿੰਦਾ ਬੜਾ ਰੋਇਆ ਯਾਰ, ਵੀ ਸਲਾਹ ਕੀ ਹੋਇਆ ਮੇਰੇ ਨਾਲ, ਮਤਲਬ ਕਹਿੰਦੇ ਵੀ ਇਹ ਚੀਜ਼ਾਂ ਹੋ ਰਹੀਆਂ ਨੇ, ਬੇਰੁਜ਼ਗਾਰੀ ਸਾਲੀ ਕੀ ਕੁਛ ਕਰਾ ਰਹੀ ਹੈ। ਠੀਕ ਹੈ, ਇੱਕ ਪਾਸੇ ਆਪਾਂ ਕਹਿੰਦੇ ਹਾਂ ਵੀ ਆਪਣਾ ਦੇਹ ਵਪਾਰ 'ਚ ਪੈ ਰਹੀਆਂ ਨੇ, ਇੱਕ ਪਾਸੇ ਵੀ ਕਹਿ ਰਹੇ ਹਾਂ ਵੀ ਆਪਾਂ ਆਪਣੇ ਮੁੰਡੇ ਕਿਹੜੇ ਕੰਮਾਂ 'ਚ ਪੈ ਰਹੇ ਨੇਗੇ, ਲੁੱਟ ਖੋਹ ਵਾਲੇ ਪਾਸੇ ਵੀ ਹੋ ਗਏ, ਪਰ ਆਪਾਂ ਫੇਰ ਕਹਿ ਦਈਏ ਕੁਛ ਕੁ ਨੇ, ਇਹ ਮਜੋਰਿਟੀ ਨਹੀਂ ਹੈਗੀ, ਇਹ ਸਾਰੀ ਕਮਿਊਨਿਟੀ ਨੂੰ ਰੀਪ੍ਰਜੈਂਟ ਨਹੀਂ ਕਰ ਰਹੇ ਹੈਗੇ, ਕੁਛ ਕੁ ਨੇ। ਬਿਲਕੁਲ ਬਿਲਕੁਲ, ਸ਼ਰਮ ਆਉਂਦੀ ਹੈ ਬਸ ਫੇਰ। ਬਿਲਕੁਲ ਯਾਰ, ਬਸ ਫਿਰ ਉਹੀ ਕਹਿੰਦੇ ਇਸ ਤੋਂ ਬਾਅਦ ਤਾਂ ਨਾ ਜਿਹੜੇ ਵੀ ਮਾਂ ਬਾਪ ਨੇ ਇੱਥੇ ਜਵਾਕਾਂ ਨੂੰ ਭੇਜਿਆ, ਵੱਧ ਤੋਂ ਵੱਧ ਟੱਚ ਦੇ ਵਿੱਚ ਰਹੋ। ਅਤੇ ਇੱਥੇ ਕਈ ਵਾਰ ਇਹ ਲੱਗਦਾ ਨਾ ਜਵਾਕ ਨੂੰ ਜੇ ਪੁੱਛੋ ਹਾਂ ਪੁੱਤ ਕੀ ਖਾਧਾ, ਉਹ ਕਹਿਣਗੇ ਹਾਂਜੀ ਆਹ ਸਬਜ਼ੀ ਬਣਾਈ ਸੀ ਅਸੀਂ ਖਾ ਕੇ ਰੱਜ ਕੇ ਹੀ ਬੈਠੇ ਹਾਂ, ਬਸ ਉਹ ਗੱਲਾਂ ਝੂਠ ਵੀ ਹੁੰਦੀਆਂ ਨੇ। ਅਤੇ ਕਈ ਵਾਰ ਬੰਦਾ ਭੁੱਖਾ ਵੀ ਸੌਂਦਾ, ਜਵਾਕ ਭੁੱਖੇ ਸੌਂਦੇ ਨੇ, ਜਾਂ ਫਿਰ ਇੱਧਰ ਉੱਧਰੋਂ ਕੁਛ ਬਾਹਰੋਂ ਕੁਛ ਮੰਗਾ ਕੇ ਖਾਧਾ ਜਾਂਦਾ, ਰੋਟੀ ਖਾਣ ਦਾ ਟਾਈਮ ਨਹੀਂ, ਬਣਾਉਣ ਦਾ ਟਾਈਮ ਨਹੀਂ, ਜਿਹਨਾਂ ਨੂੰ ਕੰਮ ਮਿਲਿਆ ਹੋਇਆ ਕਈਆਂ ਨੂੰ। ਗੱਲ ਇਹ ਆ ਕਿ ਮਜਬੂਰੀਆਂ ਇੰਨੀਆਂ ਨੇ ਅਤੇ ਫੀਸਾਂ ਇਕੱਠੀਆਂ ਹੋ ਨਹੀਂ ਰਹੀਆਂ, ਕਿਉਂਕਿ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਇਹਨਾਂ ਨੇ ਸਖਤ ਕਰਤਾ ਅਤੇ ਉੱਪਰੋਂ ਕੰਮ ਨਹੀਂ ਮਿਲ ਰਿਹਾ ਹੈਗਾ। ਤਾਂ ਇਸ ਕਰਕੇ ਸਾਰਿਆਂ ਨੂੰ, ਸਾਰੇ ਮਾਂ ਬਾਪਾਂ ਨੂੰ, ਭੈਣ ਭਰਾਵਾਂ ਨੂੰ ਬਸ ਇਹੀ ਆ ਕਿ ਹਾਂ ਆਪਦੇ ਜਿਹੜੇ ਬੱਚੇ ਭੇਜੇ ਨੇ ਛੋਟੇ ਛੋਟੇ, ਤੁਸੀਂ 18-19 ਸਾਲ ਦੀਆਂ ਕੁੜੀਆਂ ਧੀਆਂ ਭੈਣਾਂ ਨੂੰ ਇੱਥੇ ਭੇਜੇ ਆ, ਮੁੰਡਿਆਂ ਨੂੰ ਵੀ ਵਿੱਚੇ ਲਾ ਲਓ, ਮੁੰਡੇ ਚੱਲ ਇਹ ਬੋਲ ਕੇ ਸੁਣਾਉਂਦੇ ਨਹੀਂ ਹੈਗੇ, ਦੁੱਖ ਨਹੀਂ ਸੁਣਾਉਂਦੇ ਹੈਗੇ, ਕੁੜੀਆਂ ਚੱਲ ਬੋਲ ਕੇ ਦੱਸ ਦਿੰਦੀਆਂ ਨੇ ਘਰਦਿਆਂ ਨੂੰ ਵੀ ਆਇਆਂ ਜੋ ਵੀ ਆ, ਕਈ ਨਹੀਂ ਦੱਸਦੇ ਹੈਗੇ, ਪਰ ਫਿਰ ਵੀ ਤੁਸੀਂ ਉਹਨਾਂ ਦੀ ਟੱਚ ਦੇ ਵਿੱਚ ਇੰਨਾ ਕੁ ਰਹੋ ਤਾਂ ਕਿ ਉਹ ਕੋਈ ਗਲਤ ਸਟੈਪ ਨਾ ਚੱਕਣ, ਹੈ ਨਾ। ਜੇ ਹੁਣ ਜਿਵੇਂ ਉਹ ਕੋਈ ਦੇਹ ਵਪਾਰ ਵਾਲੀ ਜਿਹੜੀ ਗੱਲ ਹੋਈ ਸੀ, ਜੇ ਕਿਸੇ ਹੋਰ ਛੋਟੀ ਕੁੜੀ ਨਾਲ ਹੋ ਜਾਂਦੀ, ਇਹ ਨਹੀਂ ਪਤਾ ਕਿ ਉਹਨੂੰ ਸਟੈਪ ਚੱਕਣਾ ਪੈ ਜਾਂਦਾ। ਪਰ ਜੇ ਸੇਮ ਦਿਨ ਮਾਂ ਬਾਪ ਦਾ ਕਿਦਾਂ ਫੋਨ ਆ ਕਿ ਹਾਂ ਕੋਈ ਗੱਲ ਨਹੀਂ ਮੇਰਾ ਪੁੱਤ ਅਸੀਂ ਫੀਸਾਂ ਭੇਜ ਦਾਂਗੇ, ਪਰਵਾਹ ਨਾ ਕਰੀ, ਹੈ ਨਾ, ਸਿਰਫ ਇੰਨੀ ਗੱਲ ਕਰਕੇ ਸ਼ਾਇਦ ਉਹ ਗਲਤ ਸਟੈਪ ਤੋਂ ਬਚ ਜੇ। ਜੇ ਉਸ ਲੇਡੀ ਨੇ ਕੁੜੀ ਨੂੰ ਐਪਰੋਚ ਕੀਤਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਿਰਫ ਪਹਿਲੀ ਹੀ ਕੁੜੀ ਸੀ ਜਿਹਨੂੰ ਐਪਰੋਚ ਕੀਤਾ, ਅਤੇ ਨਾ ਹੀ ਇਹ ਹੋ ਸਕਦਾ ਕਿ ਹਾਂ ਕਿ ਕਿਸੇ ਨੇ ਵੀ ਹਾਂ ਹੀ ਨਾ ਕੀਤੀ ਹੋਵੇ। ਪਤਾ ਨਹੀਂ ਕਿੰਨਾ ਕੁ ਹੈ ਨਾ ਚੱਲ ਰਿਹਾ ਇੱਥੇ, ਅਤੇ ਦਲੇਰ ਚੱਲਦਾ ਵੀ ਆ। ਇਹ ਨਹੀਂ ਹੈਗਾ ਕਿ ਹਾਂ ਸਿਰਫ ਆਪਾਂ ਇਹ ਗੱਲ ਉਈ ਆਪਾਂ ਕਹੀ ਜਾਂਦੇ ਹਾਂ ਨਾ, ਇੱਥੇ ਬੜੀਆਂ ਵੈਬਸਾਈਟਾਂ ਨੇ, ਸਰਚ ਵੀ ਕਰੋਗੇ ਨਾ ਤਾਂ ਵੀ ਤੁਹਾਨੂੰ ਇਹੋ ਜਿਹੇ ਲਿੰਕ ਮਿਲ ਜਾਣਗੇ ਜਿੱਥੇ ਕਹਿਣਗੇ ਵੀ ਹਾਂ ਠੀਕ ਆ ਆ ਜੋ ਵੀ ਕੁਛ ਚੱਲ ਰਹੇ ਆ ਤੁਹਾਨੂੰ ਪੂਰਾ ਕਲੀਅਰ ਮਿਲ ਜੂਗਾ। ਅਤੇ ਉਹਨਾਂ ਨੂੰ ਕੋਈ ਸ਼ਰਮ ਵੀ ਨਹੀਂ ਕਿਉਂਕਿ ਪੈਸੇ ਇਕੱਠੇ ਹੋ ਰਹੇ ਨੇ, ਅਤੇ ਹਾਂ ਉੱਪਰੋਂ ਟੈਨਸ਼ਨ ਸਟਾਰਟ ਤਾਂ ਬੰਦਾ ਉਹ ਤੋਂ ਕਰਦਾ ਦਲੇਰ ਕਿ ਫੀਸਾਂ ਨਹੀਂ ਨਿਕਲਦੀਆਂ ਹੈਗੀਆਂ, ਪਰ ਬਾਅਦ ਦੇ ਵਿੱਚ ਜਦੋਂ ਪੈਸੇ ਆਉਂਦੇ ਨੇ ਫਿਰ ਲਾਲਚ ਹੋ ਜਾਂਦਾ, ਉਹਦੇ ਨਾਲ ਜਵਾਕ ਆਪਦੀ ਪੂਰੀ ਦੀ ਪੂਰੀ ਜ਼ਿੰਦਗੀ ਖਰਾਬ ਕਰਕੇ ਬੈਠ ਜਾਂਦਾ। ਅਤੇ ਹੁਣ ਇਹ ਫੈਸਲਾ ਤੁਹਾਡੇ ਹੱਥ ਹੈ ਨਾ, ਤਾਂ ਬਸ ਹਾਂ ਬਿਲਕੁਲ, ਬਸ ਸਾਰਿਆਂ ਨੂੰ ਇਹੀ ਰਿਕੁਐਸਟ ਆ, ਵੱਧ ਤੋਂ ਵੱਧ ਬੱਚਿਆਂ ਨੂੰ ਫੋਨ ਕਰੋ, ਟੱਚ ਦੇ ਵਿੱਚ ਰਹੋ, ਉਹਨਾਂ ਨੂੰ ਆਪਦੇ ਦੁੱਖ ਨਾ ਸੁਣਾਓ। ਤੁਸੀਂ ਤਾਂ ਸਾਰੀ ਫੈਮਿਲੀ 'ਚੋਂ, ਸਾਰੇ ਪਿੰਡ ਦੇ ਵਿੱਚੋਂ, ਇੱਕ ਪਿੰਡ ਵੀ ਇੱਕ ਫੈਮਿਲੀ ਵਾਂਗੂ ਹੁੰਦਾ, ਪਰ ਇੱਥੇ ਕੀ ਆ, ਇੱਥੇ ਤਾਂ ਨਾਲ ਰਹਿਣ ਵਾਲਾ ਬੰਦਾ ਵੀ ਇੱਕ ਫੈਮਿਲੀ ਨਹੀਂ ਕਹਾ ਸਕਦੇ ਹੈਗੇ ਆਪਾਂ, ਆਪਣੇ ਕੁਛ ਨਹੀਂ ਪਤਾ ਹੈਗਾ ਵੀ ਨਾਲ ਕੌਣ ਆ ਕਿਵੇਂ ਉਹਨੇ ਕੀ ਲੈਣਾ, ਮਰਜ਼ੀ ਹੋਵੇ ਆਪਣੇ ਤਾਂ ਨਾ, ਜੇ ਉੱਥੇ ਕੋਈ ਵੀ ਪਾ ਦੇ ਵੀ ਹਾਂ ਭਾਈ ਇਹ ਪਰਿਵਾਰ ਨੂੰ ਹੈਲਪ ਦੀ ਲੋੜ ਹੈ, ਤਾਂ ਬਾਹਰੋਂ ਹੀ ਮੈਨੂੰ ਲੱਗਦਾ 50-50 ਲੱਖ ਤੁਹਾਡੀ ਹੈਲਪ ਵਾਸਤੇ ਆ ਜੇ,
ਪਰ ਇੱਥੇ ਕੋਈ ਨਹੀਂ ਆਉਂਦਾ ਬਿਲਕੁਲ ਬਿਲਕੁਲ, ਇੱਥੇ ਜਵਾਕਾਂ ਨੂੰ ਆਪ ਕਰਨਾ ਪੈਂਦਾ, ਉਹ ਤਣਾਓ ਸਾਰਾ ਆਪ ਝੱਲਣਾ ਪੈਂਦਾ। ਇਹ ਚੀਜ਼ਾਂ ਹੁਣ ਬਿਲਕੁਲ ਤੁਸੀਂ ਦੇਖਣੀਆਂ ਨੇ ਉਹਦੇ ਜਵਾਕਾਂ ਨਾਲ, ਡੇਲੀ ਟੱਚ 'ਚ ਰਹੋ, ਡੇਲੀ ਗੱਲ ਕਰੋ। ਬਸ ਇੰਨੀ ਕੁ ਗੱਲ ਸੀ ਹੈ ਨਾ ਜਿਹੜੀ ਅਸੀਂ ਸਮਝਾਉਣੀ ਚਾਹੁੰਦੇ ਸੀ ਹੈ ਨਾ, ਇਹਦਾ ਅਸੀਂ ਸਿਰਫ ਤੁਹਾਨੂੰ ਬੋਲ ਕੇ ਦੱਸ ਸਕਦੇ ਹਾਂ ਇਹਦਾ ਹੱਲ। ਇਸਦੇ ਬੱਚਿਆਂ ਦੇ ਮਾਂ ਬਾਪ, ਪੇਰੈਂਟਸ ਜਾਂ ਭੈਣ ਭਰਾ ਦੋਸਤ ਹੋ ਗਏ, ਉਹ ਹੀ ਕਰ ਸਕਦੇ ਨੇ। ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੁਛ ਐਵੇਂ ਦਾ ਗਲਤ ਨਾ ਹੋਵੇ, ਐਵੇਂ ਦਾ ਗਲਤ ਨਾ ਹੋਵੇ। ਕਿਉਂਕਿ ਪੰਜਾਬ ਦੇ ਵਿੱਚ ਹਰ ਪਿੰਡ 'ਚੋਂ ਹਰ ਘਰ ਦੇ ਵਿੱਚੋਂ ਇੱਕ ਅੱਧਾ ਮੁੰਡਾ ਕੁੜੀ ਕੈਨੇਡਾ ਦੇ ਵਿੱਚ ਇਸ ਟਾਈਮ ਬੈਠਾ। ਸਾਰਿਆਂ ਦੀ ਪ੍ਰੋਬਲਮ ਦਾ ਹੱਲ ਕਰਨਾ ਤੁਹਾਡੇ ਸਾਰਿਆਂ ਦੇ ਹੱਥ ਦੇ ਵਿੱਚ ਆ, ਤਾਂ ਤੁਸੀਂ ਮਿਲ ਕੇ ਹੀ ਡਿਸੀਜ਼ਨ ਲੈ ਸਕਦੇ ਹੋ। ਆਪਣੇ ਬੱਚਿਆਂ ਦੇ ਕੋਲ ਰਹੋ, ਨਾਲ ਰਹੋ, ਜੇ ਨਹੀਂ ਸਰਦਾ ਤਾਂ ਚਾਹੇ ਕੋਲ ਬੁਲਾ ਲਓ, ਬਹੁਤ ਕੁਛ ਹੋ ਜਾਂਦਾ, ਬੜੇ ਹੱਲ ਹੋ ਜਾਂਦੇ ਨੇ, ਪਰ ਕੋਈ ਗਲਤ ਸਟੈਪ ਚੱਕਣ ਨਾ ਦਿਓ। ਅਤੇ ਬਸ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਨਾ ਜਿਹੜੇ ਵੀਅਰ ਇੱਥੇ ਤੱਕ ਵੀਡੀਓ ਦੇਖ ਰਹੇ ਨੇ, ਹੈ ਨਾ। ਸਾਨੂੰ ਸਪੋਰਟ ਦੀ ਲੋੜ ਆ, ਅਸੀਂ ਐਵੇਂ ਦੇ ਮੁੱਦੇ ਹੀ ਚੱਕਾਂਗੇ, ਹੈ ਨਾ, ਜਿਨ੍ਹਾਂ ਦੀ ਸੱਚੀ ਲੋੜ ਆ ਲੋਕਾਂ ਵਾਂਗੂ। ਐਵੇਂ ਫਾਲਤੂ ਵੀਅਰ ਲੈਣ ਵਾਸਤੇ ਗੱਪ ਜੇ ਮਾਰਨੇ ਤਾਂ ਨਹੀਂ ਸਾਨੂੰ ਆਉਂਦੇ ਹੈਗੇ। ਅਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸਪੋਰਟ ਕਰਨ ਨੇ। ਅਤੇ ਹਾਂ, ਜਿਨ੍ਹਾਂ ਨੇ ਵੀਡੀਓ ਇੱਥੇ ਤੱਕ ਦੇਖੀ ਆ, ਸਾਨੂੰ ਇੱਕ ਵਾਰ ਦੱਸਣ ਵਾਸਤੇ, ਤੁਹਾਡੀ ਸਪੋਰਟ ਦੱਸਣ ਵਾਸਤੇ ਇੱਕ ਕਮੈਂਟ ਜ਼ਰੂਰ ਕਰ ਦਿਓ। ਕਮੈਂਟ ਦੇ ਵਿੱਚ ਚਾਹੇ ਇੱਕ ਦਿਲ ਹੀ ਪੋਸਟ ਕਰ ਦਿਓ, ਸਾਨੂੰ ਬੜਾ ਹੌਂਸਲਾ ਹੁੰਦਾ ਜਦੋਂ ਕੋਈ ਬੰਦਾ ਐਂਡ ਤੱਕ ਵੀਡੀਓ ਦੇਖਦਾ ਅਤੇ ਫਿਰ ਕਮੈਂਟ ਕਰਦਾ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।